ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਸੁਖਵਿੰਦਰ ਸਿੰਘ ਯੂਪੀ ਤੋਂ, ਪਿੰਡ ਰਸੂਲਪੁਰ। ਤੁਹਾਨੂੰ ਮੈਂ ਛੋਟੀ ਇੱਕ ਜਾਣਕਾਰੀ ਦੇਣਾ ਚਾਹੁੰਦਾ ਸੀ ਗੰਨੇ ਬਾਰੇ। ਘੱਟ ਲਾਗਤ ਵਾਲੀ ਖੇਤੀ ਗੰਨੇ ਦੀ ਕਾਸ਼ਤ ਕੀਤੀ ਹੈ ਮੈਂ, ਔਰ ਗੁਰਪ੍ਰੀਤ ਭਾਈ ਦੇ ਕਹਿਣ 'ਤੇ ਆਪਾਂ ਇਹਦੇ ਵਿੱਚ ਪੈਸਟੀਸਾਈਡ ਸਾਰਾ ਹੀ ਘਟਾ ਕੇ ਮਤਲਬ ਨਾਮ ਮਾਤਰ ਕੀਤਾ, ਔਰ ਇਹਦੇ ਵਿੱਚ ਆਪਾਂ 6-6 ਬੋਰੇ ਯੂਰੀਆ ਦੇ ਪਾ ਦਈਦੇ ਹੁੰਦੇ ਸੀ, ਔਰ 3-4 ਬੋਰੇ DAP ਦੇ ਪਾ ਦਈਦੇ ਹੁੰਦੇ ਸੀ, ਔਰ ਇਹਦੇ ਵਿੱਚ ਹੁਣ 40 ਕਿਲੋ DAP, 45 ਕਿਲੋ 1 ਕੱਟਾ ਯੂਰੀਆ ਦਾ ਪਾਇਆ, ਔਰ ਸਪਰੇ ਦੇ ਵਿੱਚ ਕੈਲਸ਼ੀਅਮ ਨਾਈਟ੍ਰੇਟ ਦੇ ਨਾਂ ਤੋਂ ਆਉਂਦਾ ਹੁੰਦਾ ਪ੍ਰੋਡਕਟ, ਥੋੜ੍ਹਾ ਉਹਨੂੰ ਪਾਇਆ, ਖਾਲੀ ਸਪਰੇ ਕੀਤੀ। ਖਰਚਾ ਉਹਦਾ 120 ਰੁਪਈਏ ਖਰਚਾ ਆਇਆ ਇੱਕ ਸਪਰੇ ਦਾ, 2 ਸਪਰੇਆਂ ਸਿਰਫ ਮਾਰੀਆਂ ਹਜੇ ਤੱਕ। ਗੰਨੇ ਦਾ ਗਰੋਥ ਰੰਗ ਰੂਪ ਦੇਖ ਸਕਦੇ ਹੋ, ਧੰਨਵਾਦ ਗੁਰਪ੍ਰੀਤ ਭਾਅ ਜੀ ਦੇ, ਜਿਹੜਾ ਉਹਨਾਂ ਨੇ ਘੱਟ ਖਰਚੇ ਵਾਲੀ ਖੇਤੀ ਸਾਨੂੰ ਦੱਸਿਆ ਕਰਨ ਨੂੰ, ਔਰ ਉਹਨਾਂ ਦੇ ਫੋਨ 'ਤੇ ਵੀਡੀਓ ਦੇਖਦੇ ਰਹੇ, ਫੋਨ 'ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨਾਲ, ਔਰ ਬਹੁਤ ਵਧੀਆ ਗੰਨੇ ਦੀ ਜਿਹੜੀ ਇਸ ਟਾਈਮ ਗਰੋਥ ਚੱਲਣ ਦੀ ਆ, ਤੁਸੀਂ ਦੇਖ ਸਕਦੇ ਹਾਂ ਬਹੁਤ ਵਧੀਆ ਟਿਲਰਿੰਗ ਕਰਨ ਦੀਆਂ ਗੰਨਾ ਇਸ ਟਾਈਮ ਥੱਲੇ ਤੁਸੀਂ ਦੇਖ ਸਕਦੇ ਹਾਂ। ਔਰ ਸਭ ਤੋਂ ਜ਼ਿਆਦਾ ਟਿਲਰਿੰਗ ਦੀ ਗੰਨੇ ਨੂੰ ਦਿੱਕਤ ਆਉਂਦੀ ਹੈ, ਇਹਦੀ ਵਰਾਇਟੀ 238 ਆ, ਅਰਲੀ ਵਰਾਇਟੀ ਹੈ ਇਹ, ਔਰ ਰੰਗ ਰੂਪ ਤੋਂ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਹਿਸਾਬ ਦੇ ਨਾਲ ਇਹਨੂੰ ਯੂਰੀਆ ਦੀ ਕਿਸੇ ਵੀ ਦਵਾਈ ਦੀ ਹਜੇ ਤੱਕ ਜ਼ਰੂਰਤ ਨਹੀਂ ਹੈਗੀ। ਬਹੁਤ ਵਧੀਆ ਚੱਲਣ ਦਿਆ ਇਸ ਟਾਈਮ ਇਹ ਗਰੋਥ ਪੱਖੋਂ, ਔਰ ਇਹਦੇ ਵਿੱਚ ਆਪਣਾ ਜਲ ਅੰਮ੍ਰਿਤ ਜਿਹੜਾ ਹੁੰਦਾ ਵਾ 200 ਲੀਟਰ ਇੱਕ ਵਾਰ ਹਜੇ ਛੱਡਿਆ ਵਾ, ਅਤੇ ਹੋਰ ਕੀਟਨਾਸ਼ਕ ਇਹਦੇ ਵਿੱਚ ਕੋਈ ਨਹੀਂ ਪਾਇਆ, ਨਾ ਥੱਲੇ ਪਾਇਆ। ਮਤਲਬ ਕਿਸਾਨਾਂ ਦਾ ਵਹਿਮ ਹੁੰਦਾ ਕਿ ਦਵਾਈ ਦਾਰੂ ਤੋਂ ਬਿਨਾਂ ਜ਼ਿਆਦਾ ਤੋਂ ਹੋ ਨਹੀਂ ਸਕਦਾ। ਮੈਂ ਦੁਬਾਰਾ ਫਿਰ ਦੱਸ ਦਿੰਦਾ, ਇੱਥੇ ਪਿਛਲੇ ਸਾਲ ਅਸੀਂ 4-4 ਕੱਟੇ ਪਾਏ ਸੀ, 5-5 ਯੂਰੀਆ ਦੇ, ਹਜੇ ਤੱਕ 45 ਕਿਲੋ ਪਾ ਕੇ ਗੰਨਾ ਤੁਸੀਂ ਦੇਖ ਸਕਦੇ ਬਹੁਤ ਵਧੀਆ। ਉਹ DAP ਦਾ ਜਿਹੜਾ 40 ਕਿਲੋ ਹੀ ਅਗਤੀ ਪਾਇਆ, 40 ਤੋਂ 50 ਦੇ ਵਿੱਚ ਰੱਖਿਆ ਥੱਲੇ, ਜਿਹੜਾ ਬਿਜਾਈ ਦੇ ਟਾਈਮ ਉੱਤੇ ਬਿਲਕੁਲ ਕੁਛ ਨਹੀਂ ਪਾਇਆ। ਅਤੇ ਗਰੋਥ ਤੁਸੀਂ ਦੇਖ ਸਕਦੇ ਹੋ ਗੰਨੇ ਦੀ, ਔਰ ਵਿੱਚ ਇੰਟਰਕ੍ਰੋਪਿੰਗ ਮਤਲਬ ਮਿਸ਼ਰੀ ਖੇਤੀ ਵੀ ਅਸੀਂ ਲਈ ਹੈ, ਇਹਦੇ ਵਿੱਚ ਚਣੇ ਸੀ, ਲਾਈ ਸੀ ਇਹਦੇ ਵਿੱਚ, ਔਰ ਮਸਰ ਵੀ ਸੀ, ਔਰ ਵਧੀਆ ਨਿਕਲੇ। ਇਹ ਨਹੀਂ ਕੋਈ ਮਤਲਬ ਕੁੱਲ ਉਹਨਾਂ ਨੂੰ ਬਿਲਕੁਲ ਆਰਗੈਨਿਕ ਅਸੀਂ ਕੱਢਿਆ ਸੀ, ਉਹਦੇ ਵਿੱਚ ਕੁਛ ਨਹੀਂ ਪਾਇਆ, ਥੋੜ੍ਹਾ ਬਹੁਤ ਜੋ ਵੀ ਆ ਇਹ ਗੰਨੇ ਨੂੰ ਹੀ ਪਾਇਆ ਵਾ ਪੈਸਟੀਸਾਈਡ, ਕਿਉਂਕਿ ਇੱਕਦਮ ਆਪਾਂ ਪੈਸਟੀਸਾਈਡ ਛੱਡ ਵੀ ਨਹੀਂ ਸਕਦੇ। ਬਾਕੀ ਅਸੀਂ ਬਹੁਤ ਕੰਟਰੋਲ ਕੀਤਾ ਉਹਦੇ ਪਿਛਲੇ ਸਾਲ ਦੇ ਨਾਲੋਂ, ਇਸ ਟਾਈਮ ਦੁਨੀਆਦਾਰੀ ਦਾ ਜਿੰਕਾ ਜੁੰਗਾ ਪਾ ਕੇ ਮੇਰੇ ਹਿਸਾਬ ਨਾਲ ਤਾਂ 3-4 ਹਜ਼ਾਰ ਰੁਪਇਆ ਤਾਂ ਹਜੇ ਹੁਣ ਤੋਂ ਹੀ ਬਚ ਗਿਆ ਆਪਣੇ, ਉਹ ਗਾਂ ਜਿਹੜੇ ਬਚਣੇ ਆ ਉਹ ਵੱਖਰੀ ਗੱਲ, ਰੁਪਈਆ ਮੇਰੇ ਹਿਸਾਬ ਦੇ ਨਾਲ 10 ਹਜ਼ਾਰ ਰੁਪਏ ਕਰੀਬ ਖਰਚਾ ਘੱਟ ਆਊਗਾ ਐਕਤੀ। ਗੁਰਪ੍ਰੀਤ ਭਾਈ ਦਾ ਧੰਨਵਾਦ ਜਿਨ੍ਹਾਂ ਨੇ ਇੰਨੀ ਵਧੀਆ ਜਾਣਕਾਰੀ ਦਿੱਤੀ ਆ। ਤੁਸੀਂ ਟਰਲਿੰਗ ਦਾ ਤੁਹਾਨੂੰ ਕਹਿੰਦੇ ਜੀ ਦੁਬਾਰਾ ਫਿਰ ਦਿਖਾ ਦਈਏ, ਇੱਧਰ ਦੇਖੋ ਬੂਟਾ ਕੀ ਕਿਹੜੇ ਹਿਸਾਬ ਦੇ ਨਾਲ, ਅਰਲੀ ਵਰਾਇਟੀ ਆ 238, ਗਰੋਥ ਦਾ ਬਹੁਤ ਵਧੀਆ ਟਰਲਿੰਗ ਥੱਲਿਓਂ ਕੱਢਣ ਦਿਆ ਇਹ। ਬਾਕੀ ਇਹਨੂੰ ਜਿਹੜਾ ਪਾਣੀ ਆ ਹਜੇ ਤੱਕ ਜਦੋਂ ਦੀ ਆਪਣੇ ਅਕਤੂਬਰ 'ਚ ਬਿਜਾਂ ਦਾ ਇਹਦੀ, ਔਰ ਪਾਣੀ ਆ ਇਹਨੂੰ ਹਜੇ ਤੱਕ 2 ਪਾਣੀ ਲਾਇਆ, ਉਹ ਵੀ ਖਾਲੀਆਂ ਦੇ ਵਿੱਚ ਥੱਲੇ ਬਸ ਮਾੜਾ ਮਾੜਾ ਪਾਣੀ, ਇੱਕ ਤਾਂ ਪਾਣੀ ਦੀ ਬਚਤ ਕੀਤੀ ਆ, ਦੂਜੀ ਇਹਦੇ ਉੱਤੇ ਜ਼ਿਆਦਾ ਪਾਣੀ ਦੇ ਨਾਲ ਗੰਨਾ ਜਿਹੜਾ ਵਾ ਦੱਬ ਜਾਂਦਾ ਵਾ। ਘੱਟ ਤੋਂ ਘੱਟ ਪਾਣੀ ਜਿਹੜਾ ਲਾ ਕੇ ਆਪਾਂ ਫਸਲ ਵੀ ਕੱਢ ਸਕਦੇ ਹਾਂ, ਵਧੀਆ ਚੱਲਦੀ ਹੈ ਫਸਲ, ਤੁਸੀਂ ਖੁਦ ਦੇਖ ਸਕਦੇ ਪੂਰਾ ਪਲਾਟ, 1.5 ਕਿੱਲੇ ਦਾ ਪਲਾਟ ਆ, ਵਧੀਆ, ਕੋਈ ਦਿੱਕਤ ਨਹੀਂ ਗਰੋਥ ਪੱਖੋਂ, ਨਾ ਕੋਈ ਕੀੜਾ। ਸਭ ਤੋਂ ਵੱਡੀ ਗੱਲ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ, ਇਹਦੇ ਉੱਤੇ ਕੋਈ ਵੀ ਐਕਤੀ ਕੀੜਾ ਨਹੀਂ ਆਇਆ,
ਨਹੀਂ ਤਾਂ ਇਸ ਟਾਈਮ ਸੁੰਡੀ ਵੀ ਆ ਜਾਂਦੀ ਹੁੰਦੀ ਸੀ, ਹੋਰ ਪੱਤੇ ਪੁੱਤੇ ਪਾੜਨ ਵਾਲੀਆਂ ਚੀਜ਼ਾਂ ਕੋਈ। ਇਸ ਟਾਈਮ ਤੁਸੀਂ ਪੱਤਿਆਂ ਨੂੰ ਵੀ ਦੇਖ ਸਕਦੇ ਬਿਲਕੁਲ ਸਾਫ਼ ਸੁਥਰੇ ਆ। ਸਿਰਫ ਇਹੀ ਇੱਕ ਇਹਦੇ ਵਿੱਚ ਕੁਆਲਿਟੀ ਆ ਕਿ ਇਹਦੇ ਉੱਤੇ ਜਿਹੜੀ ਯੂਰੀਆ ਆਪਾਂ ਜ਼ਿਆਦਾ ਪਾਉਣ ਦੇ ਕਾਰਨ ਜ਼ਿਆਦਾ ਬੇਕਾਰ ਹੋ ਜਾਂਦਾ ਕੰਮ। ਕੋਈ ਵੀ ਜਿੰਕ ਨਹੀਂ ਪਾਈ ਗਈ ਅਗਰ ਦੱਸਿਆ ਜਾਵੇ ਯੂਰੀਆ 'ਚ ਮਿਲਾ ਕੇ ਨਾ ਕੁਛ। ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਕਿ ਥੋੜ੍ਹਾ ਜਿਹਾ ਖਰਚਾ ਘਟਾਓ, ਖੇਤੀ ਆਪਾਂ ਘੱਟ ਖਰਚੇ ਵਾਲੀ ਵੀ ਕਰ ਸਕਦੇ ਹਾਂ ਜੀ, ਕੋਈ ਗੱਲ ਨਹੀਂ। ਮਿੱਟੀ ਜਿਹੜੀ ਹੈ ਇਹ ਵੀ ਰੇਤੀਲੀ ਆ, ਕੋਈ ਜ਼ਿਆਦਾ ਵਧੀਆ ਨਹੀਂ, ਮਤਲਬ ਝੋਨਾ ਲੱਗਦਾ ਹੈ ਰੇਤੀਲਾ ਪਾਣੀ ਇਹਦੇ ਵਿੱਚ। ਬਾਕੀ ਗੁਰਪ੍ਰੀਤ ਭਾਈ ਨੇ ਦੱਸਿਆ ਸੀ ਇਹਦੇ ਉੱਤੇ ਮਿੱਟੀ ਦਾ ਘੋਲ ਸਪਰੇਅ ਕਰਨ ਨੂੰ, ਉਹ ਵੀ ਕਰਾਂਗੇ। ਉਹਦੇ ਨਾਲ ਜਿੱਦਾਂ ਕੀੜੇ ਪਤੰਗੇ ਜਿਹੜੇ ਆ ਸੁੰਡੀ ਸੰਡੀ ਆ ਉਹ ਆਊਗੀ ਜ਼ਰੂਰ, ਪਰ ਨੁਕਸਾਨ ਨਹੀਂ ਕਰੂਗੀ। ਦੇਖ ਸਕਦੇ ਹਾਂ, ਤੁਹਾਨੂੰ ਫਿਰ ਦਿਖਾ ਸਕਦੇ ਹਾਂ ਗਰੋਥ ਪੱਖੋਂ ਇਹਦੇ ਵਿੱਚ ਕੋਈ ਕਮੀ ਨਹੀਂ ਗੀ। ਪੰਜ ਸੱਤ ਦਸ ਟਿੱਲਰ ਤੱਕ ਇਹਦੇ ਵਿੱਚ ਪਹੁੰਚੇ ਹੋਏ ਆ ਸਭ, ਔਰ ਹਜੇ ਵੀ ਮਤਲਬ ਛੋਟੇ ਛੋਟੇ ਟਿੱਲਰ ਨਿਕਲ ਨਹੀਂ ਰਹੇ ਆ। ਬਹੁਤ ਵਧੀਆ ਕੁਆਲਿਟੀ ਚੱਲਣ ਦੀ ਆ ਮੇਰੇ ਹਿਸਾਬ ਦੇ ਨਾਲ, ਤਾਂ ਇਹਦੇ ਵਿੱਚ ਜਿਹੜਾ ਵਾ ਹਜੇ ਖਾਦ ਦੀ ਕੋਈ ਲੋੜ ਨਹੀਂ ਗੀ ਬਿਲਕੁਲ ਵੀ। ਇਹਨੂੰ ਗੁੜ ਜਲਾ ਅਮਰਤੀ ਹੀ ਔਰ ਵੇਸਟ ਡੀਕੰਪੋਜਰੀ ਜਾਂ ਚਲਾਵਾਂਗੇ, ਪੈਸਟੀਸਾਈਡ ਘੱਟ ਤੋਂ ਘੱਟ ਘੱਟ ਖਰਚੇ ਦੇ ਵਿੱਚ ਇਹਨੂੰ ਤਿਆਰ ਕਰਨਾ ਆਪਾਂ। ਪੱਚੀ ਅਕਤੂਬਰ ਦੀ ਬਿਜਾਂ ਦਾ ਜੀ ਪੂਰਾ ਤੁਸੀਂ ਪਲਾਟ ਦੇ ਸਕਦੇ ਹੋ, ਬਹੁਤ ਵਧੀਆ ਰਿਹਾ ਵਾ। ਗੁਰਪ੍ਰੀਤ ਭਾਅ ਜੀ ਦਾ ਧੰਨਵਾਦ ਜਿਹੜਾ ਉਹਨਾਂ ਨੇ ਸਾਨੂੰ ਚੰਗੀ ਸਿੱਖਿਆ ਦਿੱਤੀ, ਨਹੀਂ ਤਾਂ ਵਾਧੂ ਖਰਚਾ ਲਾ ਕੇ ਵੀ ਇਹੋ ਜਿਹਾ ਨਹੀਂ ਸੀ ਸਾਡਾ ਹੋ ਪਾਉਂਦਾ। ਚੰਗਾ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।